ਇੱਕ ਨੌਜਵਾਨ ਨੂੰ ਕਿਸੇ ਦੀ ਮਦਦ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਹੈ। ਦਰਅਸਲ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਜਦੋਂ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਇੱਕ ਸਾਥੀ ਦੇ ਨਾਲ ਘਰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਵਿਅਕਤੀ ਦੇ ਨਾਲ ਕਿਹਾ ਜਾ ਰਿਹਾ ਕਿ ਕੁਝ ਲੁਟੇਰਿਆਂ ਦੇ ਵੱਲੋਂ ਲੁੱਟ ਖੋਹ ਕੀਤੀ ਗਈ ਅਤੇ ਉਸਦਾ ਮੋਬਾਈਲ ਫੋਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਇਹ ਸਭ ਕੁਝ ਦੇਖ ਜੋ ਕਾਰ ਚਾਲਕ ਸੀ ਉਸਨੇ ਜੋ ਪੀੜਤ ਸੀ ਉਸਦੇ ਕੋਲ ਜਾ ਕੇ ਗੱਡੀ ਰੋਕੀ ਅਤੇ ਮੌਕੇ ਦੇ ਉੱਤੇ ਹੀ ਪੁਲਿਸ ਥਾਣੇ ਪਹੁੰਚ ਗਿਆ ਅਤੇ ਉੱਥੋਂ ਦੀ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਪੀੜਤ ਦੇ ਕੋਲ ਜਿਵੇਂ ਹੀ ਪਹੁੰਚਦੇ ਨੇ ਉੱਥੇ ਪੁਲਿਸ ਜਾਂਚ ਕਰ ਰਹੀ ਹੁੰਦੀ ਹੈ ਤਾਂ ਇੰਨੇ ਦੇ ਵਿੱਚ ਹੀ ਇੱਕ ਗੱਡੀ ਹੋਰ ਆ ਕੇ ਉਹਨਾਂ ਨੂੰ ਟੱਕਰ ਮਾਰ ਦਿੰਦੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਜਿਸ ਨੌਜਵਾਨ ਨੇ ਮਦਦ ਕੀਤੀ ਸੀ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਕਿਹਾ ਜਾ ਰਿਹਾ ਕਿ ਉਕਤ ਨੌਜਵਾਨ ਕੋਰੀਅਰ ਦਾ ਕੰਮ ਕਰਦਾ ਸੀ ਅਤੇ ਜਦੋਂ ਉਹ ਘਰ ਵਾਪਿਸ ਆ ਰਿਹਾ ਸੀ ਤਾਂ ਉਸਨੇ ਸੜਕ ਦੇ ਉੱਤੇ ਇੱਕ ਵਿਅਕਤੀ ਦੇ ਨਾਲ ਲੁੱਟ ਖੋਹ ਹੁੰਦੇ ਦੇਖੀ, ਜਿਸ ਤੋਂ ਬਾਅਦ ਉਸਨੇ ਵਿਅਕਤੀ ਦੀ ਮਦਦ ਕਰਨੀ ਚਾਹੀ ਅਤੇ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਉਹ ਥਾਣੇ ਤੋਂ ਉੱਥੇ ਪਹੁੰਚਦਾ ਹੈ ਤਾਂ ਉੱਥੇ ਜਾ ਕੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਉਹਨਾਂ ਨੂੰ ਟੱਕਰ ਮਾਰ ਦਿੰਦੀ ਹੈ, ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਜੋ ਉਸਦਾ ਸਾਥੀ ਸੀ ਉਸਦੀ ਦੋਵੇਂ ਲੱਤਾਂ ਹੀ ਟੁੱਟ ਗਈਆਂ ਅਤੇ ਜੋ ਮੇਨ ਵਿਅਕਤੀ ਦੱਸਿਆ ਜਾ ਰਿਹਾ ਸੀਗਾ ਜਿਸਨੇ ਮਦਦ ਕੀਤੀ ਸੀ ਉਸਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਨੇ ਆਪਣੀ ਜਾਨ ਗਵਾ ਕੇ ਕਿਸੇ ਦੀ ਮਦਦ ਕੀਤੀ ਹੈ। ਅਸੀਂ ਨਾ ਉੱਥੇ ਕੰਪਲੇਂਟ ਆਈ ਸੀਗੀ ਕੋਈ ਖੋਹ ਦੀ ਅਤੇ ਅਸੀਂ ਉੱਥੇ ਗੱਡੀ ਵਾਲੇ 'ਤੇ ਜਾ ਰਹੇ ਸੀਗੇ ਉੱਥੇ ਜੋ ਚਿੰਬਾ ਚੌਂਕ ਗਏ ਤਾਂ ਕਿ ਉਹ ਗੱਡੀ ਆ ਦੂਜੀ ਆਈ ਡਰਾਈਵਰ ਕੇ ਫਾਰਚੂਨਰ ਰੋਂਗ ਸਾਈਡ ਤੋਂ ਉਹਨੇ ਵਿੱਚ ਲਿਆ ਕੇ ਮਾਰੀ ਸਾਡੀ ਅਤੇ ਤੁਹਾਡੇ ਵੀ ਬੱਜੀ ਹਾਂ ਸੱਟਾਂ ਵੱਜੀਆਂ ਹਾਂ ਜੀ ਕਿੱਥੇ ਤੁਹਾਡੇ ਕਿੰਨੀਆਂ ਸੱਟਾਂ ਵੱਜੀਆਂ ਅਸਲੀਆਂ 'ਤੇ ਅੱਛਾ ਅਤੇ ਭਾਅ ਜੀ ਕਿੰਨੇ ਕੁ ਬੰਦੇ ਸੀ ਡਰਾਈਵਰ 'ਚ ਡਰਾਈਵਰ 'ਚ ਮੈਨੂੰ ਕੋਈ ਪਤਾ ਹੀ ਨਹੀਂ ਇੱਕਦਮ ਵੱਜ ਗਈ ਜਦੋਂ ਵੱਜੀ ਤੇ ਉਦੋਂ ਫਿਰ ਨਾ ਤੋਂ ਪਤਾ ਹੀ ਨਹੀਂ ਗਾ ਬਸ ਅਤੇ ਗੱਡੀ ਇਸ ਟਾਈਮ ਗੱਡੀ ਚੌਂਕੀ ਖੜੀ ਉਹਨੇ ਅਤੇ ਤੁਹਾਡੇ ਨਾਲ ਕਿੰਨੇ ਲੋਕ ਸੀਗੇ ਸਰ ਅਸੀਂ ਦੋ ਜਿਹੜੇ ਸੀਗੇ ਅੱਛਾ ਜੀ ਹਾਂ ਮੈਂ ਸੀਗਾ ਅਤੇ ਜਿਹੜਾ ਮੋਬਾਇਲ ਖੋਇਆ ਸੀ ਉਹ ਸੀ ਇੱਕ ਨਾਲ ਹੋਰ ਸੀਗਾ ਅਤੇ ਅਸੀਂ ਜਾ ਰਹੇ ਸੀ ਉੱਥੇ ਮੌਕੇ 'ਤੇ ਹੁਣ ਡੈਥ ਹੋਈ ਹੈ ਰਾਤੀ ਉਹਦਾ ਅੱਛਾ ਜੀ ਤੇ ਕੀ ਨਾਮ ਕੀ ਇਹਦਾ ਅੱਛਾ ਜੀ ਕੀ ਕਰਦਾ ਕੀ ਇਹ ਕਿਸੇ ਦਾ ਮੋਬਾਇਲ ਚੋਰੀ ਹੋ ਗਿਆ ਸੀ ਉਹਨਾਂ ਨੇ ਇਹਨੂੰ ਹੱਥ ਦੇ ਕੇ ਰੋਕ ਲਿਆ ਵੀ ਸਾਡਾ ਮੋਬਾਇਲ ਖੋ ਕੇ ਲੈ ਗਿਆ ਜਿਹੜੀ ਚੀਮਾ ਚੌਂਕ ਦੀ ਪੁਲਿਸ ਚੌਂਕੀ ਆ ਉੱਥੋਂ ਜਾ ਕੇ ਇਹਨੇ ਪੁਲਿਸ ਮੁਲਾਜ਼ਮ ਲਿਆ ਨਾਲ ਇਹ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦਾ ਮੋਬਾਇਲ ਵਾਲੇ ਚੋਰ ਦੀ ਜਨਕਪੁਰੀ ਚੌਂਕੀ ਤੋਂ ਮੁਲਾਜ਼ਮ ਨਾਲ ਲੈ ਕੇ ਜਨਕਪੁਰੀ ਚੌਂਕੀ ਤੋਂ ਮੁਲਾਜ਼ਮ ਨਾਲ ਲੈ ਕੇ ਇਹਨੇ ਉਹ ਕੀਤਾ ਉਹਦੇ ਮਗਰੋਂ ਗਏ ਉੱਧਰ ਡਰਾਈਵਰ ਗੱਡੀ ਆ ਕੇ ਵਿੱਚ ਵੱਜੀ ਮੁਲਾਜ਼ਮ ਦੇ ਵੀ ਲੱਗੀਆਂ ਕਹਿੰਦੇ ਦੂਜੇ ਦੀਆਂ ਕਹਿੰਦੇ ਦੋਸਤ ਦੀਆਂ ਵੀ ਕਹਿੰਦੇ ਲੱਤਾਂ ਟੁੱਟ ਗਈਆਂ ਉਹਦੀਆਂ ਲੱਤਾਂ ਟੁੱਟ ਗਈਆਂ ਠੀਕ ਹੈ ਇਹਦੀਆਂ ਵੀ ਲੱਤਾਂ ਹੀ ਟੁੱਟੀਆਂ ਨੇ ਲੱਤਾਂ ਟੁੱਟਣ ਦਹਿਲ ਗਿਆ ਬਲੀਡਿੰਗ ਨਹੀਂ ਕੋਈ ਨਹੀਂ ਨਾ ਬੋਡੀ ਦੀ ਕੋਈ ਲੀਕਿੰਗ ਨਹੀਂ ਗੀ ਕੁਛ ਨਹੀਂ